ਕੈਨੇਡਾ ਦੇ ਹੈਲੀਫੈਕਸ ਦਾ ਸਿੱਖ ਪਾਈਚਾਰਾ ਵਾਲਮੌਰਟ ਬੇકરી ਓਵਨ ਦੇ ਅੰਦਰ ਮਰਨ ਵਾਲੀ ਇੱਕ ਸਿੱਖ ਕੁੜੀ ਦੀ ਮੌਤ ਦੇ ਮਾਮਲੇ 'ਚ ਇਨਸਾਫ ਦੀ ਮੰਗ ਕਰ ਰਿਹਾ ਹੈ। ਮੈਰੀਟਾਈਮ ਸਿਕ ਸੋਸਾਇਟੀ ਅਨੁਸਾਰ ਪੀੜਤ 19 ਸਾਲਾ ਗੁਰਸਿਮਰਨ ਕੌਰ ਮੂੜ ਰੂਪ ਵਿੱਚ ਪਰਦੇ ਰਹਣ ਵਾਲੀ ਇੱਕ ਸਿੱਖ ਕੁੜੀ ਸੀ ਜੋ ਲਗਭਗ 2 ਸਾਲ ਪਹਿਲਾਂ ਬਰਤਾਨੀਆ ਤੋਂ ਆਪਣੀ ਮਾਂ ਨਾਲ ਕੈਨੇਡਾ ਆਈ ਸੀ ਸੋਸਾਇਟੀ ਦੇ ਸਾਬਕਾ ਪ੍ਰਧਾਨ ਸਿਮਰਦੀਪ ਸਿੰਘ ਹੁੰਦਲ ਨੇ ਦੱਸਿਆ ਕਿ ਉਸਦੀ ਮਾਂ ਵਾਲਮੋਰਟ ਦੀ ਸਹਿ ਕਰਮਚਾਰੀ ਸੀ ਜਿਸ ਨੇ ਸਟੋਰ ਦੇ ਆਲੇ-ਦੁਆਲੇ ਧੀ ਦੀਆਂ ਲਗਾਤਾਰ ਘੰਟਿਆਂ ਬਧੀ ਖੋਜ ਤੋਂ ਬਾਅਦ ਸ਼ਨੀਵਾਰ ਰਾਤ ਉਸਦੀ ਲਾਸ਼ ਲੱਭੀ ਇਹ ਭਿਆਨਕ ਹੈ ਮੈਂ ਸੱਚਮੁੱਚ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਕਿ ਉਸ ਸਮੇਂ ਉਸ ਨਾਲ ਕੋ ਜਵਾਬਰੀ ਹੋਵੇਗੀ ਡਾਕਟਰ ਹੁੰਦਲ ਨੇ ਕਿਹਾ ਕਿ ਮਾਂ ਸਦਮੇ ਵਿੱਚ ਹੈ ਪਰ ਉਸ ਨੂੰ ਮਨੋਵਿਗਿਆਨਿਕ ਮਦਦ ਮਿਲ ਰਹੀ ਹੈ ਅਤੇ ਉਸ ਦੇ ਨਾਲ ਬੈਠੇ ਦੋਸਤਾਂ ਦਾ ਵੀ ਸਮਰਥਨ ਹੈ ਮੈਰੀਟਾਈਮ ਸਿਕ ਸੋਸਾਇਟੀ ਨੇ ਉਸ ਦੇ ਪਤੀ ਅਰੇ 10 ਸਾਲ ਦੇ ਬੇਟੇ ਨੂੰ ਅੰਤਿਮ ਸੰਸਕਾਰ ਲਈ ਭਾਰਤ ਤੋਂ ਹੈਲੀਫੈਕਸ ਲੈ ਆਉਣ ਦੇ ਖਰਚੇ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਇੱਕ ਆਨਲਾਈਨ ਫੰਡਰੇਜ਼ਿੰਗ ਮੁਹਿੰਮ ਸ਼ੁਰੂ ਕੀਤੀ ਹੈ ਜਿਵੇਂ ਕਿ ਇਸ ਕੁੜੀ ਦੀ ਮੌਤ ਦੁਨੀਆ ਭਰ ਵਿੱਚ ਸੁਰਖੀਆਂ ਵਿੱਚ ਆ ਗਈ ਗੋ ਫੰਡ ਮੀ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਆਪਣੇ 50000 ਡਾਲਰ ਦੇ ਟੀਚੇ ਨੂੰ 3 ਗੁਣਾ ਤੋਂ ਵੱਧ ਹਾਸਲ ਕਰ ਲਿਆ ਹੈ ਅਸਲ ਵਿੱਚ 19 ਅਕਤੂਬਰ ਨੂੰ ਰਾਤ ਦੀ ਸ਼ਿਫਟ ਦੌਰਾਨ ਉਸ ਦੀ ਤੀ ਵੱਲੋਂ ਫੋਨ ਦਾ ਜਵਾਬ ਨਾ ਦੇਣਾ ਬੰਦ ਕਰਨ ਤੋਂ ਬਾਅਦ ਉਸ ਦੀ ਮਾਂ ਵਿਚੈਨ ਹੋ ਗਈ ਕਈ ਘੰਟਿਆਂ ਦੀ ਭਾਲ ਤੋਂ ਬਾਅਦ ਕੁੜੀ ਦੀ ਲਾਸ਼ ਬੇਕਰੀ ਦੇ ਵਾਕਿਨ ਓਵਨ ਵਿੱਚੋਂ ਮਿਲੀ ਮੈਰੀਟਾਈਮ ਸਿਕਸ ਸੁਸਾਇਟੀ ਦੇ ਸਕੱਤਰ ਬਲਬੀਰ ਸਿੰਘ ਨੇ ਕਿਹਾ ਕਿ ਅਜਿਹੀ ਘਟਨਾ ਜਵਾਬਦੇਹੀ ਦੀ ਕਰਦੀ ਹੈ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਸ ਨੇ ਕਿਹਾ ਪੁਲਿਸ ਨੂੰ ਸੋਸ਼ਲ ਮੀਡੀਆ ਤੇ ਅਟਕਲਾਂ ਨੂੰ ਰੋਕਣ ਲਈ ਲੋਕਾਂ ਨੂੰ ਨਿਯਮਤ ਤੌਰ ਤੇ ਅਪਡੇਟ ਕਰਨਾ ਚਾਹੀਦਾ ਹੈ ਘਟਨਾ ਦੀ ਰਾਤ ਨੂੰ ਐਮਰਜੈਂਸੀ 911 ਡਿਸਪੈਚਰ ਅਤੇ ਫਾਇਰਫਾਈਟਰਾਂ ਵਿਚਕਾਰ ਇੱਕ ਰੇਡੀਓ ਪ੍ਰਸਾਰਣ ਵਿੱਚ ਡਿਸਪੈਚਰ ਨੇ ਕਿਹਾ ਕਿ ਇੱਕ ਔਰਤ ਬੇਕਰੀ ਇੱਕ ਓਵਨ ਵਿੱਚ ਬੰਦ ਹੈ ਅਤੇ ਇਹ ਓਵਨ ਚਾਲੂ ਸੀ ਅਤੇ ਇਹ ਯਕੀਨੀ ਨਹੀਂ ਹੈ ਕਿ ਸਟਾਫ ਇਸ ਨੂੰ ਬੰਦ ਕਰਨ ਦੇ ਯੋਗ ਹੈ ਜਾਂ ਨਹੀਂ ਹੈਲੀਫੈਕਸ ਖੇਤਰੀ ਪੁਲਿਸ ਕਨਸਟੇਬਲ ਮਾਰਟਨ ਕ੍ਰੋਮਵੈਲ ਨੇ ਕਿਹਾ ਕਿ ਉਹ ਮੌਤ ਦੇ ਅਧਿਕਾਰਤ ਕਾਰਨਾਂ ਦੀ ਨਤੀਜਿਆਂ ਦੀ ਉਡੀਕ ਕਰ ਰਹੇ ਹਨ ਇਹ ਬਹੁਤ ਹੀ ਗੁੰਝਲਦਾਰ ਮਾਮਲਾ ਹੈ ਸਾਡੇ ਜਾਂਚ ਕਰਤਾ ਨੋਵਾ ਸਕੋਸ਼ੀਆ ਮੈਡੀਕਲ ਐਗਜ਼ਾਈਮਰ ਸਰਵਿਸ ਅਤੇ ਅਕੂਪੇਸ਼ਨਲ ਹੈਲਥ ਐਂਡ ਸੇਫਟੀ ਦੇ ਨਾਲ ਬਹੁਤ ਲਗਨ ਨਾਲ ਕੰਮ ਕਰ ਰਹੇ ਹਨ ਇਸ ਮਾਮਲੇ ਨੇ ਆਪਣੇ ਪਿੱਛੇ ਵੱਡੇ ਸਵਾਲ ਖੜੇ ਕੀਤੇ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ